तुसी सुन रहे हो चावला न्यूज नेटवर्क टोरंटो CNN टोरंटो। पटी साहब बहुत बहुत स्वागत है थोड़े अपने शो दे विच, सत श्री अकाल। शुक्रिया जी, मेरे वालों भी आप जी सारे श्रोतियों के दर्शकों को सत श्री अकाल जी। की हाल चाल, ठीक ठाक हो? बड़ी कृपा, तुसी सुनाओ जी। बहुत वधिया, भाई अमृतपाल जी दे कह लो कि पार्टनर कह लो पप्पलप्रीत सिंह नू गिरफ्तार किया गया जी, की खबर आ रही है जी? बेसिकली पप्पलप्रीत सिंह जड़े ने ये शुरू तो ही थोड़ी जी खारकू बिरति वाले बंदे ने। परिवार दे विच इन्हां दे फादर साहब पंज भरा ने, जमीन जै थोड़ी वाली हैगी, मारे इन्हां दी जिहड़ी माता सी ओह टीचर सी, फादर खेतीबाड़ी करदे सी, भैन विदेश च रहिंदी आ, आप इत्थे रहिंदे ते आम तौर ते इह लोक सेवा ते समाज सेवा करन विच काफी सरगर्म सन। ਸਹਿਜੇ ਸਹਿਜੇ ਇਹਨਾਂ ਨੂੰ ਖਾਲਿਸਤਾਨ ਦੀ ਚਿਟਕ ਲੱਗੀ ਤੇ ਜਦੋਂ 10 ਨਵੰਬਰ 2015 ਨੂੰ ਬਕਾਇਦਾ ਤੌਰ ਤੇ ਸਰਬੱਤ ਖਾਲਸਾ ਹੋਇਆ ਸੀ, ਉੱਥੇ ਵੀ ਇਹਨਾਂ ਦੀ ਡਿਮਾਂਡ ਸੀ ਵੀ ਸਾਰੀਆਂ ਦੁੱਖ ਦਲਿੱਦਰਾਂ ਦਾ ਹੱਲ ਇੱਕੋ ਹੀ ਆ, ਖਾਲਿਸਤਾਨ। ਪਹਿਲਾਂ ਇਹਨਾਂ ਸਿੱਖ ਯੂਥ ਫਰੰਟ ਬਣਾਇਆ, ਮੁੜ ਕੇ ਉਦੋਂ ਬਾਅਦ ਇਹ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਉਹ 'ਚ ਐਂਟਰ ਕਰ ਗਏ, ਕਾਫੀ ਸਰਗਰਮ ਰਹੇ, ਇੱਕ ਟੀਵੀ ਚੈਨਲ ਨਾਲ ਵੀ ਕੰਮ ਕਰਦੇ ਰਹੇ। ਮੇਰੇ ਨਾਲ ਵੀ ਕਈ ਵਾਰੀ ਕਿਸੇ ਨਾ ਕਿਸੇ ਟੀਵੀ 'ਚ ਡਿਬੇਟ 'ਚ ਆ ਜਾਂਦੇ ਹੁੰਦੇ ਸੀਗੇ ਅਤੇ ਉਦੋਂ ਕਹਿ ਦਿੰਦੇ ਹੁੰਦੇ ਸੀ ਵੀ ਜੇ ਕੋਈ ਸਵਾਲ ਔਖਾ ਹੋਣਾ ਤਾਂ ਪੱਟੀ ਸਾਨੂੰ ਪੁੱਛ ਲਓ ਜੀ। ਇਸ ਕਰਕੇ ਉਹ ਕੰਮ ਸਮਾਜਿਕ ਤਾਂ ਬੜੇ ਕਰਦੇ ਸੀਗੇ, ਲੇਕਿਨ ਉਹਨਾਂ ਤੋਂ ਇਹ ਨਹੀਂ ਸੀ ਪਤਾ ਵੀ ਇੰਨੀ ਦੂਰ ਤੱਕ ਪਹੁੰਚ ਜਾਣਗੇ। ਫਿਰ ਉਹ ਪਲੱਸ ਟੂ ਤੋਂ ਬਾਅਦ ਉਹਨਾਂ ਪਲਾਸਟਿਕ ਦੇ ਖੇਤਰ ਵਿੱਚ ਡਿਪਲੋਮਾ ਕੀਤਾ, ਨੌਕਰੀ ਤਾਂ ਨਹੀਂ ਕੀਤੀ, ਬੱਚੇ ਨੇ ਦੋ, ਇਹਨਾਂ ਦੀ ਇੱਕ ਬੇਟਾ ਅਤੇ ਇੱਕ ਬੇਟੀ ਆ, ਵਿਆਹ ਸ਼ਾਦੀ ਸ਼ੁਦਾ ਨੇ, ਘਰੋਂ ਸੌਖੇ ਨੇ, ਘਰ ਦੇ ਕੋਲ 4 ਪੈਸੇ ਹੈਗੇ। ਮੁੜ ਕੇ ਇਹ ਪਹਿਲਾਂ ਸਰਦਾਰ ਸਿਮਰ ਸਿੰਘ ਮਾਨ ਦੇ ਨਾਲ ਵੀ ਰਹਿ, ਭਾਈ ਬਲਦੇਵ ਸਿੰਘ ਵਡਾਲੇ ਨਾਲ ਵੀ ਰਹਿ, ਫਿਰ ਬਕਾਇਦਾ ਤੌਰ 'ਤੇ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਸੀ ਇਹ ਕਹਿੰਦੇ ਸੀ ਜਿਹੜਾ ਗੁਰਭਜਨ ਸਿੰਘ, ਬਾਬਾ ਗੁਰਭਜਨ ਸਿੰਘ ਮਾਨੋ ਚੱਲ ਮੇਰਾ ਪ੍ਰੇਰਨਾ ਸਰੋਤ ਆ, ਮੈਂ ਉਹਨੂੰ ਆਪਣਾ ਜਿਹੜਾ ਵਾ ਉਹ ਮੰਨਦਾ ਵਾ, ਇਸ਼ਟ ਮੰਨਦਾ ਵਾ। ਜਦੋਂ ਭਾਈ ਅੰਮ੍ਰਿਤਪਾਲ ਆਏ ਤੇ ਫਿਰ ਉਹਨਾਂ ਨਾਲ ਜੁੜ ਗਏ ਤੇ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਲਗਭਗ ਇਹੀ ਸਾਰਾ ਜਿਹੜਾ ਹੈਂਡਲ ਕਰਦੇ ਸੀ, ਕੋਈ ਜਵਾਬ ਦੇਣਾ, ਕੋਈ ਜਵਾਬ ਆਉਣਾ, ਕੋਈ ਲੈਣਾ, ਕੋਈ ਕਰਨਾ, ਇਹੀ ਕਰਦੇ ਸੀ ਨਾਲ ਰਲ ਕੇ ਉਹਨਾਂ ਨੂੰ। ਤੇ 18 ਮਾਰਚ ਨੂੰ ਜਦੋਂ ਇਹ ਲੋਕ ਉੱਥੋਂ ਮਰ ਜਾਂਦੇ ਨੇ, ਇਹ ਦੋ ਹੀ ਬੰਦੇ ਹੁੰਦੇ ਜਿਨ੍ਹਾਂ ਦੀਆਂ ਕਦੀ ਮੋਟਰਸਾਈਕਲ ਤੇ ਫੋਟੋਆਂ ਆ ਗਈਆਂ, ਕਦੀ ਮੋਟਰਸਾਈਕਲ ਰੇੜੇ ਤੇ ਆ ਗਈਆਂ ਤੇ ਕਦੀ ਕਿਤੇ ਆ ਗਈਆਂ ਤੇ ਕਦੀ ਕਿਤੇ ਆ ਗਈਆਂ। ਪਟਿਆਲੇ ਦੇ ਵਿੱਚੋਂ ਵੀ ਇਹਨਾਂ ਕਿਸੇ ਦੇ ਘਰੋਂ ਸਕੂਟਰੀ ਲੈ ਕੇ, ਜਿਹੜੀ ਐਕਟਿਵਾ ਹੁੰਦੀ ਉਹ ਲੈ ਕੇ ਤੇ ਇਹ ਗਏ ਸੀ ਕੁਰਕਸ਼ੇਤਰ, ਉੱਥੇ ਇੱਕ ਪਿੰਡ ਦੇ ਵਿੱਚ ਇੱਕ ਬੀਬੀ ਬਲਜੀਤ ਕੌਰ ਵਾਕਫ ਸੀ ਇਹਨਾਂ ਨੂੰ ਦੇ ਘਰ ਰਹਿ। ਉਹਨਾਂ ਦੇ ਘਰ ਰਹਿਣ ਤੋਂ ਬਾਅਦ ਮੁੜ ਕੇ ਅਗਲੇ ਦਿਨ ਉਹਦਾ ਭਰਾ ਜਿਹੜਾ ਸੀ ਉਹ SDM ਪਰ ਨੌਕਰੀ ਕਰਦਾ ਸੀ, ਉਹਨੂੰ ਪਤਾ ਲੱਗਾ ਤੇ ਉਹਨਾਂ ਇਮੀਡੀਏਟਲੀ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਉਹਨੇ ਚਿਰ ਨੂੰ ਉੱਥੋਂ ਇਹ ਜਾ ਚੁੱਕੇ ਸੀਗੇ। ਜੋ ਆ ਰਿਹਾ ਸਾਹਮਣੇ ਮੈਂ ਉਹਦੀ ਗੱਲ ਕਰਦਾ ਵਾ ਜੀ। ਲੇਕਿਨ ਅੱਜ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ, ਪਹਿਲਾਂ ਗ੍ਰਿਫਤਾਰੀ ਦੀ ਇਹ ਗੱਲ ਹੁੰਦੀ ਆ ਵੀ ਹੁਸ਼ਿਆਰਪੁਰ ਜਿਹੜੇ ਤੋਂ ਦਸੂਏ ਦੇ ਲਾਗੇ ਉਹ ਕਿਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਕਿਸੇ ਡੇਰੇ 'ਚ ਜੀ। ਫਿਰ ਨਾਲ ਇਹ ਖਬਰ ਆਉਂਦੀ ਆ ਵੀ ਇਹ ਇਨਪੁਟ ਜਿਹੜੀ ਆ ਉਹ ਦਿੱਲੀ ਪੁਲਿਸ ਦੀ ਸੀ, ਉਦੋਂ ਹੀ ਮੈਂ ਕਿਹਾ ਸੀ ਵੀ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਇਹਨਾਂ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਕਰੇਗੀ। ਜੇ ਦਿੱਲੀ ਪੁਲਿਸ ਦੀ ਇਨਪੁਟ ਸੀਗੀ ਤੇ ਫਿਰ ਨੈਚੁਰਲੀ ਆ, ਪਹਿਲਾਂ ਤੇ ਇਹ ਵੀ ਸਾਡੀ ਮੀਡੀਆ ਨੇ ਕਿਹਾ ਸੀਗਾ ਵੀ ਜਿਹੜਾ ਇਹ ਜਿਹੜੀ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੀ ਇਨਕਾਊਂਟਰ ਇੰਟੈਲੀਜੈਂਸ ਜਿਹੜਾ ਸਾਂਝਾ ਆਪਰੇਸ਼ਨ ਸੀਗਾ। ਪਹਿਲਾਂ ਸਰਕਾਰ ਨੇ ਵੀ ਇਹ ਆਪਣਾ ਹੈਂਡਲ ਤੇ ਪਾਤਾ ਸੀ ਵੀ ਇਹ ਉੱਥੋਂ ਫੜਿਆ ਗਿਆ ਵਾ, ਲੇਕਿਨ ਬਾਅਦ ਦੇ ਵਿੱਚ 3 ਮਿੰਟ ਦੀ ਪ੍ਰੈਸ ਕਾਨਫਰੰਸ, 3 ਮਿੰਟ ਦੀ ਪ੍ਰੈਸ ਕਾਨਫਰੰਸ 3 ਭਾਸ਼ਾਵਾਂ ਦੇ ਵਿੱਚ ਕਰਕੇ ਇੱਕੋ ਗੱਲ ਕਹੀ ਆ ਵੀ ਪੱਪਲਪ੍ਰੀਤ ਸਿੰਘ ਜਿਹੜਾ 18 ਮਾਰਚ ਤੋਂ ਬਕਾਇਦਾ ਤੌਰ 'ਤੇ ਭਗੌੜਾ ਸੀ ਉਹ 23 ਦਿਨ ਬਾਅਦ ਅੱਜ ਜਿਹੜਾ ਵਾ ਉਹ ਕੱਥੂ ਨੰਗਲ ਪਿੰਡ ਜਿਹੜਾ ਵਾ, ਕੱਥੂ ਨੰਗਲ ਦਾ ਪਿੰਡ ਹੈਗਾ ਮਰੜੀ ਕਲਾਂ ਜਯੰਤੀਪੁਰ ਦੇ ਕੋਲ ਜੀ, ਉੱਥੋਂ ਫੜਿਆ ਗਿਆ ਵਾ। ਪਹਿਲੀ ਗੱਲ ਤੇ ਉਹ ਆਪਣੇ ਪਿੰਡ 'ਚ ਭਗੌੜਾ ਹੋਊਗਾ ਤੇ ਕਿਉਂ ਆਊਗਾ? ਫਿਰ ਇਹ ਵੀ ਹੁਣ ਜਿਹੜੀਆਂ ਉਹ ਕਨਸੋਆਂ ਆ ਰਹੀਆਂ ਵੀ ਉਹ ਸਰੈਂਡਰ ਕਰਨਾ ਚਾਹੁੰਦਾ ਸੀਗਾ, ਜੇ ਸਰੈਂਡਰ ਕਰਨਾ ਚਾਹੁੰਦਾ ਸੀ ਵੀ ਫੜਿਆ ਕਿਉਂ? ਇਹ 2-3 ਘਟਨਾਵਾਂ ਬੜੀਆਂ ਹੈਗੀਆਂ। ਫਿਰ ਵੀ ਅਸੀਂ ਕਹਾਂਗੇ, ਹੁਣ ਮੈਂ ਇਹ ਗੱਲ ਫਿਰ ਕਹੂੰਗਾ ਵੀ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਦੀ ਵੀ ਗ੍ਰਿਫਤਾਰੀ ਕਿਤੋਂ ਕਿਤੇ ਦਿਖਾਈ ਜਾਏਗੀ,
ਤੇ ਫਿਰ ਦਿੱਲੀ ਪੁਲਿਸ ਦਾ ਨਾਮ ਸਭ ਤੋਂ ਪਹਿਲਾਂ ਆ ਗਿਆ ਵੀ ਦਿੱਲੀ ਪੁਲਿਸ ਦੀ ਇਨਪੁਟ ਸੀਗੀ ਜਿਵੇਂ ਅੱਜ ਆਇਆ ਵਾ। ਬਾਅਦ ਦੇ ਵਿੱਚ ਭਾਵੇਂ ਕਹਿ ਦਿੱਤਾ ਸਾਡੇ ਆਈ ਜੀ ਸਾਹਿਬ ਸੁਖਚੈਨ ਸਿੰਘ ਹੋਰਾਂ ਨੇ ਵੀ ਨਹੀਂ, ਜਿਹੜੀ ਅੱਜ ਦੀ ਜਿਹੜੀ ਕਾਰਵਾਈ ਆ ਉਹ ਅੰਮ੍ਰਿਤਸਰ ਪੁਲਿਸ ਦਿਹਾਤੀ ਦੀ ਕਾਰਵਾਈ ਆ, ਅਸੀਂ ਉਹਨੂੰ ਸ਼ਾਬਾਸ਼ ਦਿੰਦੇ ਹਾਂ ਅਤੇ ਉਹਨਾਂ ਨੂੰ ਅਸੀਂ ਇਨਾਮ ਵੀ ਦੇਵਾਂਗੇ ਜਿਨ੍ਹਾਂ ਨੇ ਇਹ ਗ੍ਰਿਫਤਾਰੀ ਕੀਤੀ ਹੈ। ਲੇਕਿਨ ਜਦੋਂ ਮੈਂ ਗਿਆ ਵਾ ਉਦੋਂ ਬਕਾਇਦਾ ਤੌਰ 'ਤੇ ਐੱਸ ਪੀ ਹੈੱਡਕੁਆਟਰ ਜਿਹੜਾ ਵਾ ਉਹ ਆਪਣੇ ਦਫ਼ਤਰ 'ਚ ਬੈਠਾ ਸੀ, ਉਹਨਾਂ ਦੇ ਦਫ਼ਤਰ 'ਚ ਕੋਈ ਕੰਮ ਸੀ, ਮਿਲ ਕੇ ਆਇਆ ਸੀ। ਉਦੋਂ ਕਿਸੇ ਕਿਸੇ ਕੰਸੋਲ ਨਹੀਂ ਸੀ ਦੁਪਹਿਰੇ 12 ਵਜੇ ਦੇ ਕਰੀਬ। ਲੇਕਿਨ ਉਸ ਤੋਂ ਬਾਅਦ ਇਹ ਬੰਦੇ ਫੜਦੀਆਂ ਅਫਵਾਹ ਉੱਡਦੀਆਂ, ਬੜੇ ਬੜੇ ਕੂ ਕੂ ਕੇ ਸਾਡੇ ਅੰਕਰ ਕਿਲ ਕਿਲ ਕੇ ਕਹਿੰਦੇ ਫੜਿਆ ਗਿਆ ਅੱਤਵਾਦੀ, ਫੜਿਆ ਗਿਆ ਵੱਖਵਾਦੀ, ਫੜ ਗਿਆ ਖਾਲਿਸਤਾਨੀ। ਇਸ ਕਰਕੇ ਜਿਹੜਾ ਸੀ ਉਸ ਤੋਂ ਬਾਅਦ ਜਿਹੜੀ ਪੁਲਿਸ ਨੇ ਸਪਸ਼ਟ ਕੀਤਾ ਵੀ ਇੱਥੋਂ ਫੜਿਆ। ਇਹਦੂ ਬਾਅਦ ਡੀ ਜੀ ਪੀ ਜਿਹੜੇ ਆ ਸਾਡੇ ਗੌਰਵ ਯਾਦਵ ਜੀ ਉਹ ਵੀ ਅੰਮ੍ਰਿਤਸਰ ਸੀ, ਉਹਨਾਂ ਦਰਬਾਰ ਸਾਹਿਬ ਮੱਥਾ ਟੇਕਿਆ। ਮੀਡੀਆ ਨੇ ਗਲਤ ਨਹੀਂ ਕੀਤੀ, ਲੇਕਿਨ ਇੱਕ ਗੱਲ ਉਹਨਾਂ ਜ਼ਰੂਰ ਕੀਤੀ ਹੈ ਵੀ ਜਿੰਨੇ ਵੀ ਕੋਈ ਭਗੌੜੇ ਨੇ, ਜਿੰਨੇ ਵੀ ਕੋਈ ਇਹੋ ਜਿਹੇ ਬੰਦੇ ਹੈਗੇ ਨੇ, ਅਸੀਂ ਉਹਨਾਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇਣ, ਅਸੀਂ ਉਹਨਾਂ ਦੀ ਪੂਰੀ ਸਹਾਇਤਾ ਕਰਾਂਗੇ। ਲੇਕਿਨ ਜਿਹੜਾ ਉਹਨਾਂ ਜ਼ੁਰਮ ਕੀਤਾ ਉਹਦਾ ਫੈਸਲਾ ਜਿਹੜਾ ਵਾ ਕੋਰਟ ਨੇ ਕਰਨਾ ਵਾ ਵੀ ਕੀ ਕਰਨਾ ਇਹਨੇ ਕੀ ਨਹੀਂ ਕਰਨਾ। ਲੇਕਿਨ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ, ਜੇ ਹੁਣ ਪੇਸ਼ ਹੋ ਗਏ ਜਿਹੜੀ ਤੁਸੀਂ ਕੋਈ ਕੀਤਾ ਹੋਊਗਾ ਜੇਲ੍ਹ ਕੱਟੋਗੇ ਅਤੇ ਬਾਅਦ ਦੇ ਵਿੱਚ ਕੁਛ ਸਮੇਂ ਬਾਅਦ ਤੁਹਾਨੂੰ ਰਿਲੀਫ ਵੀ ਮਿਲ ਜਾਵੇਗੀ ਅਤੇ ਆਪਣੀ ਆਨੰਦਮਈ ਜੀਵਨ ਬਤੀਤ ਕਰੋ ਜੀ। ਜੀ ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ ਜੀ, ਕਾਲ ਕਰ ਸਕਦੇ ਹੋ ਨਾ 905-813-1320 905-813-1320 'ਤੇ। ਹੁਣ ਸਾਡੇ ਜਿਹੜੇ ਕਾਲਰਸ ਨੇ ਕਾਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਨੇ ਪੱਟੀ ਸਾਹਿਬ ਨੂੰ, ਨੰਬਰ ਇੱਕ ਵਾਰੀ ਫਿਰ ਦੱਸ ਦਿੰਦੇ 905-813-1320। ਪੱਟੀ ਸਾਹਿਬ ਸਾਨੂੰ ਦੋ ਤਿੰਨ ਆਫ ਦੀ ਏਅਰ ਕੁਰਾਡੇ ਸਾਨੂੰ ਕਿਹਾ ਕਿ ਜਿਹੜਾ ਜਿਹੜਾ ਨਿਹੰਗ ਸਿੰਘ ਦੇ ਜਿਹੜਾ ਹੱਥ ਕੱਟਿਆ ਜੀ, ਉਸਦੀ ਕੀ ਇਸ ਵੇਲੇ ਖਬਰ ਆ ਰਹੀ ਹੈ ਜੀ? ਬੇਸਿਕਲੀ ਇੱਕ ਮੇਲਾ ਸਿੰਘ ਨਿਹੰਗ ਆ ਤੇ ਇੱਕ ਬੱਬਰ ਸਿੰਘ ਨਿਹੰਗ ਆ ਜੀ। ਜਿਹੜਾ ਬੱਬਰ ਸਿੰਘ ਨਿਹੰਗ ਆ ਉੱਥੇ ਘੋੜਿਆਂ ਦੀ ਸੇਵਾ ਕਰਦਾ ਸੀ, ਲੰਗਰ ਦੀ ਸੇਵਾ ਕਰਦਾ ਸੀ, ਤੇ ਮੇਲਾ ਸਿੰਘ ਜਿਹੜਾ ਸੀ ਜਾ ਕੇ ਬਾਬਿਆਂ ਕੋਲ ਸ਼ਿਕਾਇਤਾਂ ਲਾਉਂਦਾ ਸੀ, ਫਲਾਣਾ ਆਹ ਕਰਦਾ ਤੇ ਢਿੰਗਲਾ ਉਹ ਕਰਦਾ ਤੇ ਉਂਕੜਾ ਉਹ ਕਰਦਾ। ਬੱਬਰ ਸਿੰਘ ਨੇ ਨੂੰ ਕਿਹਾ ਵੀ ਇਹੋ ਜਿਹੀਆਂ ਸ਼ਿਕਾਇਤਾਂ ਨਹੀਂ ਲਈਦੀਆਂ ਹੁੰਦੀਆਂ ਤੇ ਕੋਈ ਕਾਰੋਬਾਰ ਕਰ ਲਈਦਾ, ਕੋਈ ਕੰਮ ਵੀ ਹੱਥੀਂ ਵੀ ਕਰ ਲਈਦਾ ਹੁੰਦਾ ਵਾ। ਇਸ ਗੱਲ ਤੋਂ ਦੋਵਾਂ ਦਾ ਤਤਕਾਰ ਹੁੰਦਾ, ਉਦੋਂ ਤੇ ਤਤਕਾਰ ਮੱਠਾ ਪੈ ਜਾਂਦਾ ਵਾ। ਲੇਕਿਨ ਬਾਅਦ ਦੇ ਵਿੱਚ ਜਿਹੜਾ ਬੱਬਰ ਸਿੰਘ ਆਪਣੇ ਕੰਮ 'ਚ ਰੁੱਝ ਜਾਂਦਾ ਤੇ ਉਹ ਕਿਰਪਾਨ ਲਿਆ ਕੇ ਬੱਬਰ ਸਿੰਘ 'ਤੇ ਹਮਲਾ ਕਰ ਦਿੰਦਾ। ਬੱਬਰ ਸਿੰਘ ਦਾ ਜਿਹੜਾ ਗੁੱਟ ਆ, ਇੱਕ ਹੱਥ ਦਾ ਗੁੱਟ ਜਿਹੜਾ ਵਾ ਉਹ ਇੱਕ ਪਾਸੋਂ ਜਿਹੜੀ ਆ ਹੱਡੀ ਤੱਕ ਜਿਹੜੀ ਉਹਦੀ ਪਹੁੰਚ ਜਾਂਦੀ ਆ, ਨੁਕਸਾਨ ਕਾਫੀ ਹੱਥ ਦਾ ਹੁੰਦਾ ਵਾ। ਫਿਰ ਪੁਲਿਸ ਆਉਂਦੀ ਆ, ਪੁਲਿਸ ਹੋਸਪਿਟਲ ਲੈ ਜਾਂਦੀ ਆ, ਪੁਲਿਸ ਮੁਕੱਦਮਾ ਵੀ ਦਰਜ ਕਰ ਲੈਂਦੀ ਆ ਅਤੇ ਮੇਲਾ ਸਿੰਘ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਆ। ਮਤਲਬ ਉਹਦੇ ਵਿੱਚ ਤੀਸਰਾ ਬੰਦਾ ਕੋਈ ਨਹੀਂ ਹੈਗਾ, ਇਹਨਾਂ ਦੀ ਆਪਸੀ ਗਰੁੱਪ ਬੰਦੀ ਹੈ ਇੱਕ ਹੀ ਦਲ ਦੇ ਵਿੱਚ, ਬਾਹਰ ਨਹੀਂ ਕਿਤੇ ਹੈਗੀ। ਉਹ ਫਿਰ ਬੱਬਰ ਸਿੰਘ ਕਹਿੰਦਾ ਵੀ ਮੈਨੂੰ ਅਫਸੋਸ ਆ ਵੀ ਕੱਲ੍ਹ ਦੀ ਘਟਨਾ ਵਾਪਰੀ ਆ, ਮੇਰਾ ਹੋਸਪਿਟਲ ਕੋਈ ਪਤਾ ਲੈਣ ਤੱਕ ਨਹੀਂ ਆਇਆ। ਬਾਪੂ ਗੁਰਚਰਨ ਸਿੰਘ ਜਿਹੜੇ ਉੱਥੇ ਮੋਰਚੇ ਦੇ ਇਸ ਵੇਲੇ ਪੂਰੇ ਦਾਰੋਮਦਾਰ ਜਿਹਨਾਂ ਦੇ ਉੱਤੇ ਹੈਗਾ, ਉਹਨਾਂ ਨੇ ਕੱਲ੍ਹ ਹੀ ਕਿਹਾ ਸੀ ਵੀ ਸਾਨੂੰ ਜਾਣਕਾਰੀ ਨਹੀਂ, ਪਰ ਇਹ ਜਾਣਕਾਰੀ ਮਿਲੀ ਆ ਵੀ ਇੱਥੇ ਇਹ ਝਗੜਾ ਹੋਇਆ ਤੇ ਅਸੀਂ ਕਈ ਵਾਰੀ ਕਹਿ ਚੁੱਕੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਭਰਨਾ ਇੱਥੇ ਤੇ ਸ਼ਾਂਤਮਈ ਤਰੀਕੇ ਦਾ ਮੋਰਚਾ ਲਾਉਣਾ, ਆਪਾਂ ਕੋਈ ਗੜਬੜ ਨਹੀਂ ਕਰਨੀ। ਹੁਣ ਬੱਬਰ ਸਿੰਘ ਨੂੰ ਜਦੋਂ ਹੋਸਪਿਟਲ ਲੈ ਕੇ ਗਏ ਤੇ ਉਹ ਡਾਕਟਰ ਨੂੰ ਕਹਿੰਦਾ ਮੇਰਾ ਪ੍ਰੋਪਰ ਇਲਾਜ ਕਰੋ, ਪ੍ਰੋਪਰ ਨਾ ਇਲਾਜ ਉੱਦਾਂ ਕਿਉਂ ਕਿਹਾ ਵੀ ਮੈਨੂੰ ਤੁਸੀਂ ਇੱਥੇ ਨਾ ਰੱਖੋ। ਉਹ ਫਿਰ ਉਹਨਾਂ ਨੂੰ ਹੁਣ ਪੀ ਜੀ ਲੈ ਜਾਇਆ ਗਿਆ ਵਾ, ਉੱਥੇ ਉਹਦੀ ਪਲਾਸਟਿਕ ਸਰਜਰੀ ਹੋਣੀ ਹੈ ਬਕਾਇਦਾ ਤੌਰ 'ਤੇ। ਇਸ ਕਰਕੇ ਇਹਨਾਂ ਦੀ ਬਾਹਰੋਂ ਕਿਸੇ ਲੜਾਈ ਨਹੀਂ, ਕਿਸੇ ਗਰੁੱਪ ਨਾਲ ਲੜਾਈ ਨਹੀਂ, ਦਲ ਦੇ ਵਿੱਚ ਹੀ ਦੋ ਨਿਹੰਗਾਂ ਦੀ ਆਪਸੀ ਤਤਕਾਰ ਦਾ ਇਹ ਨਤੀਜਾ ਵਾ, ਬਾਕੀ ਕੁਛ ਨਹੀਂ ਹੈਗਾ। ਚਾਹੀਦਾ ਹੈ ਵੀ ਅੱਗੇ ਤੋਂ ਇਹ ਘਟਨਾ ਨਾ ਵਾਪਰੇ। ਤੁਹਾਨੂੰ ਪਤਾ ਹੋਵੇਗਾ ਜਦੋਂ ਸਾਡਾ ਕਿਸਾਨ ਮੋਰਚਾ ਲੱਗਾ ਸੀਗਾ ਉਦੋਂ ਵੀ ਨਿਹੰਗਾਂ ਨੇ ਗੜਬੜ ਕੀਤੀ ਸੀ, ਜਾ ਕੇ ਉੱਥੇ ਇੱਕ ਬੰਦਾ ਹੀ ਮਾਰਤਾ ਸੀ, ਉੱਥੇ ਉਹਦਾ ਪਰਚਾ ਵੀ ਮੁੜ ਕੇ ਇਹਨਾਂ 'ਤੇ ਹੋਇਆ ਸੀਗਾ। ਉਸ ਤੋਂ ਇਲਾਵਾ ਇੱਕ ਦੋ ਝਗੜੇ ਵੀ ਉੱਥੇ ਹੋਏ ਸੀਗੇ ਜੀ। ਉਦੋਂ ਬਲਬੀਰ ਸਿੰਘ ਰਾਜੇਵਾਲ ਜਿਹੜੇ ਮੋਰਚੇ ਦੇ ਆਗੂ ਸੀ, ਉਹਨਾਂ ਨੇ ਭਾਈ ਜਿਹੜੇ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲੇ ਨੇ, ਉਹਨਾਂ ਨੂੰ ਫੋਨ 'ਤੇ ਇੱਕ ਬੇਨਤੀ ਕੀਤੀ ਸੀ ਵੀ ਨਿਹੰਗ ਸਿੰਘਾਂ ਨੂੰ ਕਹੋ ਵੀ ਆਪਣਾ ਮੋਰਚਾ ਪਿੱਛੇ ਲੈ ਜਾਓ, ਤੁਹਾਡੀ ਲੋੜ ਨਹੀਂ, ਜੋ ਲੋੜ ਹੋਊਗੀ ਤੁਹਾਨੂੰ ਅਸੀਂ ਆਪ ਬੁਲਾਵਾਂਗੇ ਅਸੀਂ। ਲੇਕਿਨ ਉਹਨਾਂ ਮੋਰਚਾ ਨਹੀਂ ਚੁੱਕਿਆ ਸੀਗਾ, ਇਸ ਕਰਕੇ ਨਿਹੰਗ ਸਿੰਘ ਨੇ ਉਦੋਂ ਵੀ ਗੜਬੜ ਕੀਤੀ ਸੀ, ਹੁਣ ਵੀ ਗੜਬੜ ਕੀਤੀ। ਉਦੋਂ ਤੇ ਆਪਸੀ ਧੜੇ ਵੀ ਲੜੇ ਸੀ, ਲੇਕਿਨ ਹੁਣ ਸਿਰਫ ਤੇ ਸਿਰਫ ਇਹਨਾਂ ਦੀ ਆਪਸੀ ਦੋ ਨਿਹੰਗਾਂ ਦੀ ਲੜਾਈ ਸੀਗੀ ਜਿਹੜੀ ਇੰਨਾ ਵਿਰਾਟ ਰੂਪ ਧਾਰਨ ਕਰ ਰਹੀ।
ਬਾਕੀ ਰੌਲਾ ਜ਼ਿਆਦਾ ਪੈਂਦਾ ਹੀ ਹੈ ਜੀ, ਅਖਬਾਰਾਂ ਬੈਠੀਆਂ, ਟੀਵੀ ਬੈਠੇ, ਰੌਲਾ ਪਾਉਣ ਵਾਲੇ ਜੀ। ਜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਲੀਗਲ ਟੀਮ ਹੈ ਜੀ, ਉਹ ਦਿੱਬ ਗੁਰੂ ਘਰ ਜੇਲ੍ਹ ਹੈ ਜਿਹੜੀ। ਇੱਕ ਦੂਸਰਾ ਸਵਾਲ ਤੁਸੀਂ ਹੋਰ ਕਹਿੰਦੇ ਸੀ ਕਿ ਕਿਹੜਾ ਸਵਾਲ, ਦੋ ਸਵਾਲ ਤੁਸੀਂ ਕਹਿੰਦੇ, ਇੱਕ ਤੇ ਸੀ ਕੋਸਲ ਜਿਹੜਾ ਆਫ ਦੀ ਰਿਕਾਰਡ ਆਇਆ ਸਵਾਲ। ਮੈਨੂੰ ਹੁਣ ਪਟੇ ਸਾਹਿਬ ਮੈਸੇਜ ਮਿਸ ਹੋ ਗਏ ਜੀ। ਆਈ ਥਿੰਕ ਇਹੀ ਗੱਲ ਹੈ ਜਿਹੜੀ ਆ, ਜਿਹੜੀ ਆ ਜੇਲ੍ਹ ਦੇ ਵਿੱਚ ਇੱਕ ਵੀਡੀਓ ਜੀ ਵਾਇਰਲ ਹੋਈ ਹੈ, ਜਿਹੜੇ ਮੁੰਡੇ ਇੱਕ ਵੀਡੀਓ ਵਾਇਰਲ ਜੀ ਹੋਈ ਹੈ, ਜਿਹੜੇ ਉਹ ਕਹਿੰਦੇ ਸਾਨੂੰ ਕੁੱਟ ਰਹੇ ਆ ਪੰਜਾਬ ਪੁਲਿਸ, ਇਹ ਹਾਲਾਤ ਆ। ਤੁਹਾਨੂੰ ਵੀਡੀਓ ਦੀ ਖਬਰ ਪਹੁੰਚੀ ਹੋਈ ਕਿ ਨਹੀਂ? ਪਹੁੰਚੀ ਪਹੁੰਚੀ ਜੀ, ਉਹਦੇ ਵਿੱਚ ਮੈਂ ਦੱਸਦਾ ਤੁਹਾਨੂੰ ਜੀ, ਭਾਈ ਬਲਕੌਰ ਸਿੰਘ ਸਿੱਧੂ ਮੂਸੇ ਵਾਲੇ ਦੇ ਜਿਹੜੇ ਫਾਦਰ ਨੇ, ਉਹ ਕਈ ਵਾਰੀ ਮੰਗ ਕਰ ਚੁੱਕੇ ਆ ਵੀ ਤੁਸੀਂ ਲਾਰੈਂਸ ਬਿਸ਼ਨੋਈ ਜਿਸ ਨਾਲ ਕਾਰਵਾਈ ਕੋਈ ਨਹੀਂ ਕੀਤਾ। ਹਾਂਜੀ, ਤੇ ਜਿਸ ਦਿਨ ਇਹ ਬਕਾਇਦਾ ਤੌਰ ਤੇ ਪਹਿਲੀ ਵੀਡੀਓ ਆਉਂਦੀ, ਉਹ ਦੁਖੀ ਹੋ ਕੇ ਜਿਹੜੇ ਲਫ਼ਜ਼ ਵਰਤਦੇ ਉਹ ਮੈਂ ਨਹੀਂ ਵਰਤਦੇ, ਬੜੇ ਭੈੜੇ ਲਫ਼ਜ਼ ਵਰਤੇ ਸਰਕਾਰ ਦੇ ਪ੍ਰਤੀ। ਤੇ DGP ਦੇ ਤੇ ਉੱਥੋਂ ਦੇ ਜੇਲ੍ਹ ਸੁਪਰਡੈਂਟ ਨੇ ਤੇ IG ਨੇ ਇਹ ਗੱਲ ਕਹਿਤੀ ਸੀ ਵੀ ਇਹ ਜਿਹੜੀ ਵੀਡੀਓ ਉਹ ਸਾਡੀ ਜੇਲ੍ਹ ਦੀ ਨਹੀਂ, ਉਹ ਕੀ ਪੁਰਾਣੀ ਵੀਡੀਓ ਆ। ਤੇ ਜਿਹੜੀ ਫੋਟੋ, ਜਿਹੜੀ ਤਸਵੀਰ DGP ਨੇ ਵਿਖਾਈ ਸੀ ਵੀ ਆਹ ਵੇਖੋ ਲਾਰੈਂਸ ਬਿਸ਼ਨੋਈ ਸਾਡੇ ਕੋਲ ਜੇਲ੍ਹ ਦੇ ਵਿੱਚ ਇਸ ਕੱਪੜਿਆਂ ਦੇ ਵਿੱਚ, ਇਹ ਕੋਈ ਕੱਪੜੇ ਹੋਰ ਨੇ। ਅਗਲੇ ਦਿਨ ਫਿਰ ਉਹ ਦੂਸਰੀ ਵੀਡੀਓ ਦਿੰਦਾ, ਉਹ ਜਦੋਂ ਪਾਉਂਦਾ ਵਾ ਫਿਰ ਇੰਟਰਵਿਊ ਦਿੰਦਾ ਆਪਣੀ, ਫਿਰ ਉਹ ਕੱਪੜੇ ਪਾ ਕੇ ਉਹੀ ਦਿੰਦਾ ਵਾ, ਆਹ ਲਓ ਜੀ ਮੈਂ ਵੇਖੋ ਬੰਦੇ ਇੱਥੇ ਮੈਂ ਸਭ ਕੁਛ ਕੀਤਾ ਜਿਵੇਂ ਜੀ। ਹੁਣ ਉਹ ਜਿਹਨੇ ਉਹਨੇ ਕੀਤੀ, ਮੁੜ ਕੇ ਸਰਕਾਰ ਕੋਲੇ ਕੋਈ ਜਵਾਬ ਨਹੀਂ ਸੀ, ਕੋਈ ਸਰਕਾਰ ਨਹੀਂ ਬੋਲੀ, ਸਭ ਸੁਸਰੀ ਵਾਂਗੂ ਸੌ ਗਏ। ਜਿਹੜਾ ਮੁੱਖ ਮੰਤਰੀ ਨਿੱਕੀ ਨਿੱਕੀ ਗੱਲ ਤੇ ਉੱਤੇ ਕਰਦਾ ਨਾ ਸੋਸ਼ਲ ਮੀਡੀਆ ਤੇ ਆਉਂਦਾ ਵਾ, ਉਹ ਮੁੜ ਕੇ ਚੁੱਪ ਕਰਕੇ ਬਹਿ ਗਿਆ। DGP ਚੁੱਪ ਕਰਕੇ ਬਹਿ ਗਿਆ, ਕੋਈ ਅਫਸਰ ਨਹੀਂ ਬੋਲਿਆ, ਕੋਈ ਜੇਲਰ ਨਹੀਂ ਬੋਲਿਆ। ਫਿਰ ਚੰਦ ਦਿਨ ਬੀਤਦੇ ਆ ਤੇ ਬਕਾਇਦਾ ਤੌਰ ਤੇ ਉੱਥੇ ਹਵਾਲਾਤੀ ਤੇ ਕੈਦੀ 12 ਬੰਦੇ ਜਿਹੜੇ ਨੇ, ਉਹਨਾਂ ਚ ਗੈਂਗਸਟ ਵੀ ਹੋ ਸਕਦੇ, ਜਿਹਨਾਂ ਨੇ ਨਿਕਲ ਕਹੀ ਵੀ ਇੱਥੇ ਹਾਲਤ ਬਹੁਤ ਮਾੜੀ ਆ। ਲਾਈ ਹੋ ਕੇ ਕਿਹਾ ਵੀ ਸਾਡੇ ਕੋਲ ਮੋਟੀਆਂ ਰਕਮਾਂ ਵੀ ਲਈ ਜਾਂਦੀਆਂ, ਸਾਡੇ ਕੋਲ ਪੈਸੇ ਵੀ ਮੰਗੇ ਜਾਂਦੇ, ਆਹ ਵੇਖੋ ਸਾਨੂੰ ਇੰਨੇ ਮੋਬਾਈਲ ਲਿਆ ਕੇ ਦਿੱਤੇ ਇਹਨਾਂ ਨੇ, ਆਹ ਮੋਬਾਈਲ ਸਾਨੂੰ ਇਹਨਾਂ ਦੇ, ਇਹਨਾਂ ਦੇ ਜਿਹੜੇ ਮੁਲਾਜ਼ਮ ਲਿਆ ਕੇ ਦਿੱਤੇ ਸਾਨੂੰ, ਤੁਸੀਂ ਕਿੱਥੇ ਕਹਿੰਦੇ ਮੋਬਾਈਲ ਚੱਲਦੇ। ਹਾਲੀ ਇਹ DGP ਸਾਹਿਬ ਬਾਰ ਬਾਰ ਕਹਿ ਚੁੱਕੇ ਸੀ ਵੀ ਜਿਹੜੀ ਬਠਿੰਡਾ ਸਾਡੀ ਹਾਈ ਸਿਕਿਉਰਿਟੀ ਜੇਲ੍ਹ ਆ, ਉੱਥੇ ਬੜੇ ਜ਼ਬਰਦਸਤ ਜੈਮਰ ਅਸੀਂ ਲਾਏ ਆ, ਉੱਥੇ ਜੇਲ੍ਹ ਤੋਂ ਬਾਹਰ ਵੀ 1 ਕਿਲੋਮੀਟਰ ਤੱਕ ਕੋਈ ਮੋਬਾਈਲ ਨਹੀਂ ਚੱਲਦਾ, ਤੇ ਫਿਰ ਇਹਨਾਂ ਦੇ ਮੋਬਾਈਲ ਕਿਵੇਂ ਚੱਲੀ ਜਾਂਦੇ ਆ? ਉਹਨਾਂ ਨੇ ਫਿਰ ਇੰਨੀ ਗੱਲ ਕਹੀ ਸੀ ਵੀ ਭਾਈ ਆਹ ਵੇਖੋ ਸਾਡੀ ਕੁੱਟਮਾਰ ਵੀ ਹੁੰਦੀ ਆ, ਸਾਡਾ ਇੱਥੇ ਸ਼ੋਸ਼ਣ ਵੀ ਹੁੰਦਾ, ਸਾਡਾ ਸਭ ਕੁਛ ਹੁੰਦਾ ਵਾ, ਕੁਛ ਕਰੋ। ਉਹਦੇ ਵਿੱਚ ਫਿਰ ਇਹਨਾਂ ਨੇ ਕੀ ਕੀਤਾ, ਬੀ ਚੰਦਰ ਸ਼ੇਖਰ ਜਿਹੜੇ ADGP ਹੈਗੇ ਸੀ ਜੇਲ੍ਹਾਂ ਦੇ, ਉਹਨਾਂ ਦਾ ਤਬਾਦਲਾ ਕਰਤਾ, ਉਹਨਾਂ ਦੀ ਜਗ੍ਹਾ ਤੇ ਅਰਨਪਾਲ ਸਿੰਘ ਨੂੰ ਲਾਤਾ। ਅਰਨਪਾਲ ਸਿੰਘ ਕੌਣ ਆ? ਅਰਨਪਾਲ ਸਿੰਘ ADGP ਉਦੋਂ IG ਹੁੰਦੇ ਸੀ ਤੇ ਬਕਾਇਦਾ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਹੁੰਦੇ ਸੀਗੇ। ਇਹਨਾਂ ਦੀ ਆਮਦ ਦੇ ਉੱਤੇ ਸਭ ਤੋਂ ਪਹਿਲਾਂ ਵਿਰੋਧ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਸੀ, ਇਸ ਬੰਦੇ ਤੋਂ ਕੋਈ ਆਸ ਨਹੀਂ ਹੈਗੀ, ਇਹ ਬੰਦੇ ਨੇ ਜੇ ਉਹ ਬੇਅਦਬੀ ਕੰਨ 'ਚ ਕੁਛ ਨਹੀਂ ਕੀਤਾ ਇੱਥੇ ਕੀ ਕਰੂਗਾ, ਇਹਨੂੰ ਬਦਲੋ। ਲੇਕਿਨ ਸਰਕਾਰ ਨੇ ਬਦਲਿਆ ਨਹੀਂ ਸੀ ਉਹਨੂੰ। ਹੋਇਆ ਕਿ ਉਹਦੀ ਟਨਿਓਰ ਦੇ ਵਿੱਚ ਹੀ ਇੱਥੇ ਜਿਹੜਾ ਸੁਧੀਰ ਸੂਰੀ ਸ਼ਿਵ ਸੈਨਾ ਦਾ ਆਗੂ, ਉਹਨੂੰ ਗੋਲੀ ਵੱਜ ਜਾਂਦੀ ਹੈ ਤੇ ਫਿਰ ਉਹਦੀ ਜਿਹੜੀ ਅਰਨਪਾਲ ਸਿੰਘ ਦੀ ਬਦਲੀ ਕਰਕੇ ਤੇ ਜਸਕਰਨ ਸਿੰਘ ਨੂੰ ਲਾਇਆ ਜਾਂਦਾ ਵਾ। ਜਸਕਰਨ ਸਿੰਘ ਵੀ ਇੱਕ ਕਾਬਲ ਅਫਸਰ ਸੀਗਾ, ਉਹਨਾਂ ਦੀ ਜਿੰਨੀ ਡਿਊਟੀ ਲੱਗਦੀ ਮੋਰਚਿਆਂ ਤੇ ਡਿਊਟੀ ਉਹਨਾਂ ਦੀ ਲੱਗਦੀ ਆ। ਜਿਵੇਂ ਕੁਲਦੀਪ ਹੈ ਨਾ ਸਾਡੇ ਆਪਣੇ ਧਾਰੀਵਾਲ, ਉਹਨਾਂ ਨੇ ਆਪਣੀ ਗੱਡੀ ਦੇ ਵਿੱਚ 2-3 ਪੇਟੀਆਂ ਰੱਖੀਆਂ ਵਾ ਜੂਸ ਦੀਆਂ, ਜਿੱਥੇ ਧਰਨਾ ਲੈਂਦਾ ਉੱਥੇ ਮਾੜਾ ਮੋਟਾ ਵਿਸ਼ਵਾਸ ਦੇ ਕੇ ਤੇ ਪਾ ਕੇ ਉੱਥੇ ਜੂਸ ਤੇ ਘਰ ਨੂੰ ਆ ਜਾਂਦੇ ਆ। ਤੇ ਉਹ ਜਸਕਰਨ ਸਿੰਘ ਜਿਹੜੇ ਜਿੱਥੇ ਡਿਊਟੀ ਉਹਨਾਂ ਲੱਗਦੀ ਹੁੰਦੀ ਸੀ ਵੀ ਤੁਸੀਂ ਸੰਭਾਲੋ ਜਾ ਕੇ, ਉਹ ਸੰਭਾਲਦੇ ਵੀ ਸੀਗੇ। ਇੱਥੇ ਮੈਨੂੰ ਇਸੇ ਕਰਕੇ ਲਾਇਆ ਗਏ ਸੀ, ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਕੁਛ ਹਾਲਾਤ ਠੀਕ ਨਹੀਂ, ਤੁਸੀਂ ਸੰਭਾਲੋ। ਲੇਕਿਨ ਉਹਨਾਂ ਦੀ ਟਨਿਓਰ ਦੇ ਵਿੱਚ ਹੀ 23 ਫਰਵਰੀ ਵਾਲਾ ਕਾਂਡ ਜਿਹੜਾ ਵਾ ਉਹ ਅਜਨਾਲੇ ਵਾਲਾ ਵਾਪਰ ਗਿਆ, ਉਦੋਂ ਉਹ ਇੰਚਾਰਜ ਸਨ ਉਦੋਂ ਦੇ। ਫਿਰ ਉਹਨਾਂ ਦੀ ਵੀ ਸਰਕਾਰ ਨੇ ਬਦਲੀ ਕਰਤੀ ਤੇ 9 ਨੇ ਅਲ ਸਿੰਘ ਨੂੰ ਲਾ ਦਿੱਤਾ ਗਿਆ। ਹੁਣ ਉਸੇ ਅਰਨਪਾਲ ਸਿੰਘ ਨੂੰ ਲਾਇਆ ਉੱਥੇ ADC ਜੇਲ੍ਹਾਂ ਲਾਇਆ ਵਾ, ਜਿਹੜਾ ਅਰਨਪਾਲ ਇੱਥੋਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਫੇਲ ਹੋ ਕੇ ਗਿਆ। ਹੁਣ ਉੱਥੇ ਕਿੰਨਾ ਕੁ ਕਾਮਯਾਬ ਹੁੰਦਾ, ਸ਼ਰੀਫ ਜਿਹਾ ਬੰਦਾ ਵਾ, ਭੋਲਾ ਜਿਹਾ ਵਿਅਕਤੀ ਆ, ਕਾਫੀ ਗਰੀਬ ਘਰ ਤੋਂ ਸੀ, ਮਿਹਨਤ ਕੀਤੀ ਤੇ ਉਹ IPC ਬਣ ਗਿਆ। ਬੰਦਾ ਸ਼ਰੀਫ ਆ, ਇਮਾਨਦਾਰ ਆ, ਉਹ 'ਚ ਕੋਈ ਦੋ ਗੱਲਾਂ ਨਹੀਂ ਹੈਗੀਆਂ। ਲੇਕਿਨ ਇਹ ਆ ਵੀ ਉੱਥੇ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਇਹ ਨਹੀਂ ਪਤਾ ਜੀ। ਜੀ ਕੁਇਕਲੀ ਖਬਰ ਇੱਕ ਸਾਹਮਣੇ ਹੋਰ ਆ ਰਹੀ ਹੈ ਜੀ, ਜਿਹੜਾ ਸਿਰਫ ਸਿਰਸਾ ਦੇ ਗੁਰਮੀਤ ਰਾਮ ਰਹੀਮ ਦੇ ਸੋ ਕਾਲਡ ਬੇਟੀ ਹਨੀਪ੍ਰੀਤ ਨੂੰ ਲਾਰੈਂਸ ਬਿਸ਼ਨੋਈ ਦੇ ਬੰਦਿਆਂ ਨੇ 50 ਲੱਖ ਦੀ ਮੰਗ ਕੀਤੀ ਹੈ ਜੀ। ਜਿਹੜੀ ਹਨੀਪ੍ਰੀਤ ਆ, ਇਹਦਾ ਅਸਲੀ ਨਾਮ ਪ੍ਰੀਕਾ ਤ੍ਰਿੰਜਾ ਵਾ।
ਟਿੰਕਾ ਤਨੇਜਾ ਹੈਗਾ ਨਾਂ ਤੇ ਇਹ ਹਨੀਪ੍ਰੀ ਜਦੋਂ ਇਹ ਡੇਰੇ ਚ ਆਉਂਦੀ ਹੈ ਤੇ ਬਾਬਾ ਜੀ ਉਹਨੂੰ ਫਿਰ ਹਨੀਪ੍ਰੀ ਦਾ ਨਾਂ ਦਿੰਦੇ ਨੇ। ਅੱਜ ਇੱਕ ਵੀਡੀਓ ਵਾਇਰਲ ਕੀਤੀ ਸੀ ਵੀ ਬਾਬਾ ਜੀ ਦੇ ਨਾਲ ਉਹ ਬਕਾਇਦਾ ਤੌਰ ਤੇ ਇੱਕੋ ਟਰੈਕ ਸੂਟ ਦੇ ਵਿੱਚ ਇੱਕੋ ਜਿਹੇ ਟਰੈਕ ਸੂਟ ਪਾ ਕੇ ਜਿਹੜੀ ਉਹ ਦੌੜ ਲਾ ਰਹੇ ਨੇ। ਚੰਗੀ ਗੱਲ ਮਾੜੀ ਗੱਲ ਕੋਈ ਨਹੀਂ, ਸਿਹਤ ਠੀਕ ਰੱਖਣਾ ਚਾਹੀਦਾ, ਇਹ ਉਹਨਾਂ ਦਾ ਅੰਦਰੂਨੀ ਮਾਮਲਾ ਵਾ। ਜਿੱਥੋਂ ਤੱਕ ਆਪਾਂ ਗਈਏ ਜਿਹੜੀ ਹਨੀਪ੍ਰੀਤ ਆ ਉੱਥੋਂ ਦੇ ਟਰੱਸਟ ਦੀ ਮੈਂਬਰ ਤੇ ਚੇਅਰਪਰਸਨ ਲਾਈ ਇਹਨਾਂ ਨੇ। ਇਸ ਵੇਲੇ ਹੌਲੀ ਸੌਲੀ ਇੰਚਾਰਜ ਉੱਥੇ ਟਰੱਸਟ ਦੀ ਉਹ ਆ। ਇਹਨਾਂ ਨੂੰ ਇੱਕ ਪ੍ਰਦੀਪ ਕੁਮਾਰ ਮੁੰਡਾ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਰਦਾ ਤੇ ਫੋਨ ਵੀ ਕਰਦਾ, ਇਹਨਾਂ ਦੀ ਮੈਂ ਲਾਰਸ ਬਿਸ਼ਨੋਈ ਦਾ ਗੁਰਗਾ ਬੋਲਦਾ, ਗੁਰਗਾ ਬੋਲਦਾ, ਗੁਰਗਾ ਬੋਲ ਕੇ ਉਹਨਾਂ ਕੋਲ 50 ਲੱਖ ਦੀ ਡਿਮਾਂਡ ਕਰਦਾ ਵਾ। ਇਹ 6 ਅਪ੍ਰੈਲ ਦੀ ਗੱਲ ਆ। ਉਹ ਫਿਰ ਆਪਣੀ ਰਿਪੋਰਟ ਜਿਹੜੀ ਸਿਰਸੇ ਦੇ ਵਿੱਚ ਜਿਹੜੀ ਪੁਲਿਸ ਵਾਲੇ ਨੂੰ ਦਿੰਦੀ ਆ ਵੀ ਇਹ ਰਿਪੋਰਟ ਮੇਰੀ ਹੈਗੀ। ਐਸ ਐਸ ਪੀ ਇੱਕ DSP ਹੁੰਦਾ ਉਹਨੂੰ ਕਹਿੰਦਾ ਵਾ, ਉਹ ਬੀਬੀ ਹੁੰਦੀ DSP ਉਹਨੂੰ ਕਹਿੰਦੇ ਵੀ ਇਹਦੀ ਕਾਰਵਾਈ ਕਰੋ। ਫਿਰ ਜਦੋਂ ਪੂਰੀ ਸਾਈਬਰ ਕ੍ਰਾਈਮ ਦੀ ਘੋਖ ਪੜਤਾਲ ਕੀਤੀ ਜਾਂਦੀ ਤੇ ਕਹਿੰਦੇ ਜੀ ਤੇ ਪ੍ਰਦੀਪ ਕੁਮਾਰ, ਪ੍ਰਦੀਪ ਕੁਮਾਰ ਕੌਣ ਸੀਗਾ? ਪ੍ਰਦੀਪ ਕੁਮਾਰ ਡੇਰੇ ਦਾ ਇੱਕ ਪਹਿਲਾਂ ਵਰਕਰ ਸੀਗਾ, ਡੇਰੇ ਦਾ ਹੀ ਡੇਰੇਦਾਰ ਸੀਗਾ, ਡੇਰੇ ਦਾ ਹੀ ਸ਼ਰਧਾਲੂ ਸੀਗਾ। ਲੇਕਿਨ ਜਦੋਂ 2017 ਦੇ ਵਿੱਚ ਬਕਾਇਦਾ ਤੌਰ ਤੇ ਪੰਚਕੂਲਾ ਦੇ ਵਿੱਚ ਡੰਗਾ ਪਸੰਦ ਹੋਇਆ ਉਦੋਂ ਚ ਸ਼ਾਮਿਲ ਸੀਗਾ। ਉਸ ਤੋਂ ਬਾਅਦ ਭਗੌੜਾ ਸੀ, ਮੁੜ ਕੇ ਡੇਰੇ ਚ ਨਹੀਂ ਵੜਿਆ ਹੈ। ਹੁਣ ਇਹਨੇ ਜਿਹੜੀ ਹਨੀਪ੍ਰੀਤ ਕੋਲ ਪੈਸੇ ਮੰਗੇ ਉਹ ਫੜ ਲਿਆ ਗਿਆ, ਬੰਦਾ ਇੱਕ ਬੰਦਾ ਹੋਰ ਉਹ ਵੀ ਸ਼ਾਇਦ ਫੜਨ ਦੀ ਕੋਸ਼ਿਸ਼ ਕੀਤੀ, ਫੜਿਆ ਗਿਆ, ਲੇਕਿਨ ਮੇਨ ਇਹ ਪ੍ਰਦੀਪ ਕੁਮਾਰ ਹੀ ਆ। ਜਦੋਂ ਇਹਨੂੰ ਪੁੱਛਿਆ ਗਿਆ ਭਾਈ ਤੂੰ ਏਡੀ ਵੱਡੀ ਧਮਕੀ ਕਿਉਂ ਦਿੱਤੀ, ਕਹਿੰਦਾ ਮੇਰੇ ਤੇ ਇੰਨਾ ਕਰਜ਼ਾ ਸੀ ਤੇ ਮੈਨੂੰ ਪੈਸਿਆਂ ਦੀ ਲੋੜ ਸੀ ਤੇ ਇਹਨਾਂ ਕੋਲ ਤਾਂ ਵਾਧੂ ਸੀਗੀ ਤੇ ਮੈਂ ਕਿਹਾ ਮੰਗ ਲਈਏ ਕੋਈ ਫਰਕ ਨਹੀਂ ਪੈਂਦਾ ਜੀ। ਔਰ ਪਟੀ ਸਾਹਿਬ ਟਾਈਮ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹੋਰ ਮੁਲਾਕਾਤਾਂ ਹੋਣਗੀਆਂ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।